Hello dear viewers, welcome back to another video of Angreji to English. In today's video, we are going to talk about past continuous tense. Aaj di video de vich apa gal karange past continuous tense di, is di pehchan ki hundi hai ate is da rule ki hunda hai. So aao fir apa do tin Punjabi de sentences dekh ke is di pehchan nu jaande haan. Pehla sentence hai ji, oh pani pee reha si. ਉਹ ਕੰਮ ਕਰ ਰਿਹਾ ਸੀ ਉਹ ਸਕੂਲ ਜਾ ਰਿਹਾ ਸੀ ਸੋ ਜਿਨ੍ਹਾਂ ਵੀ ਸੈਂਟੈਂਸਿਸ ਦੇ ਲਾਸਟ ਵਿੱਚ ਆਪਾਂ ਰਿਹਾ ਸੀ ਲਗਾਵਾਂਗੇ ਤਾਂ ਆਪਾਂ ਪਾਸਟ ਕੰਟੀਨਿਊਸ ਟੈਂਸ ਦਾ ਇਸਤੇਮਾਲ ਕਰਨਾ ਹੈ ਸੋ ਹੁਣ ਆਪਾਂ ਇਸ ਦੇ ਰੂਲ ਦੀ ਗੱਲ ਕਰਾਂਗੇ ਤਾਂ ਪਾਸਟ ਕੰਟੀਨਿਊਸ ਟੈਂਸ ਦਾ ਰੂਲ ਹੁੰਦਾ ਹੈ ਸਬਜੈਕਟ ਪਲੱਸ ਵਾਜ਼ ਵਰ ਪਲੱਸ ਵਰਬ ਦੀ ਫਸਟ ਫੋਰਮ ਪਲੱਸ ਆਈ ਐਨ ਜੀ ਪਲੱਸ ਓਬਜੈਕਟ ਇਸ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਆਓ ਆਪਾਂ ਇੰਗਲਿਸ਼ ਦੇ ਸੈਂਟੈਂਸਿਸ ਦੇਖਦੇ ਹਾਂ ਅਤੇ ਇਸ ਦਾ ਰੂਲ ਚੰਗੀ ਤਰ੍ਹਾਂ ਸਮਝਦੇ ਹਾਂ ਸੈਂਟੈਂਸ ਹੈ ਉਹ ਪਾਣੀ ਪੀ ਰਿਹਾ ਸੀ ਤਾਂ ਸੈਂਟੈਂਸ ਬਣੇਗਾ ਹੀ ਵਾਜ਼ ਡਰਿੰਕਿੰਗ ਵਾਟਰ ਨੈਕਸਟ ਸੈਂਟੈਂਸ ਇਜ਼ ਉਹ ਸਕੂਲ ਜਾ ਰਿਹਾ ਸੀ ਤਾਂ ਸੈਂਟੈਂਸ ਬਣੇਗਾ ਹੀ ਵਾਜ਼ ਗੋਇੰਗ ਟੂ ਸਕੂਲ ਲਾਸਟ ਵਨ ਇਜ਼ ਮੋਹਨ ਅਤੇ ਸੋਹਨ ਲੁੱਡੋ ਖੇਡ ਰਹੇ ਸਨ ਤਾਂ ਸੈਂਟੈਂਸ ਬਣੇਗਾ ਮੋਹਨ ਐਂਡ ਸੋਹਨ ਵਰ ਪਲੇਇੰਗ ਲੁੱਡੋ ਸੋ ਇਹ ਸਨ ਕੁਝ ਪ੍ਰੈਕਟਿਸ ਸੈਂਟੈਂਸਿਸ ਹੁਣ ਮੈਂ ਤੁਹਾਨੂੰ ਤੁਹਾਡੀ ਐਕਸਰਸਾਈਜ਼ ਵਾਸਤੇ ਸੈਂਟੈਂਸ ਦੇ ਰਿਹਾ ਹਾਂ ਜੀ So that's all for today's video. ਅਗਰ ਤੁਹਾਨੂੰ ਲੱਗਦਾ ਹੈ ਕਿ ਵੀਡੀਓ ਵੈਲਿਊਏਬਲ ਹੈ ਤੁਸੀਂ ਕੁਝ ਸਿੱਖਿਆ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਅਤੇ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵੀਡੀਓ